ਜਵਾਕਾਂ ਨੂੰ ਗੱਡੀ ਫੜਾਉਣਾ ਪਵੇਗਾ ਮਹਿੰਗਾ। ਨਾਬਾਲਿਗ ਡਰਾਈਵਰਾਂ ਲਈ ਸਖਤ ਹੋਏ ਟ੍ਰੈਫਿਕ ਰੂਲਸ। ਲੱਗੇਗਾ 25,000 ਰੁਪਏ ਜੁਰਮਾਨਾ। ਮਾਪਿਆਂ ਨੂੰ ਹੋ ਸਕਦੀ ਹੈ 3 ਸਾਲ ਦੀ ਸਜ਼ਾ। ਪੰਜਾਬ ਦੇ ਵਿੱਚ ਜੇਕਰ ਹੁਣ ਕੋਈ ਨਾਬਾਲਿਗ ਬੱਚਾ 2-ਵੀਲਰ ਜਾਂ 4-ਵੀਲਰ ਚਲਾਏਗਾ ਤਾਂ ਉਹਦੇ ਮਾਂ ਬਾਪ ਦੇ ਖਿਲਾਫ ਪਰਚਾ ਵੀ ਹੋ ਸਕਦਾ ਹੈ, ਜੁਰਮਾਨਾ 25,000 ਦਾ ਹੋ ਸਕਦਾ ਹੈ, ਕਿਉਂਕਿ ਹੁਣ ਪੰਜਾਬ ਪੁਲਿਸ ਸੇਫਟੀ ਜਿਹੜੀ ਟ੍ਰੈਫਿਕ ਪੁਲਿਸ ਹੈ ਹੁਣ ਇਹ ਕਦਮ ਚੁੱਕਣ ਜਾ ਰਹੀ ਹੈ। ਇੱਕ ਆਰਡਰ ਕੱਢਿਆ ਗਿਆ 1 ਜੁਲਾਈ ਤੋਂ ਲੈ ਕੇ 31 ਜੁਲਾਈ ਤੱਕ ਪਹਿਲਾਂ ਅਵੇਅਰਨੈਸ ਕੈਂਪੇਨ ਜਿਹੜੀ ਉਹ ਕੀਤੀ ਜਾ ਰਹੀ ਹੈ ਲਗਾਤਾਰ ਟ੍ਰੈਫਿਕ ਪੁਲਿਸ ਵੱਲੋਂ ਪੰਜਾਬ ਦੇ ਵੱਖ ਵੱਖ ਜ਼ਿਲ੍ਹਿਆਂ ਦੇ ਵਿੱਚ। 31 ਤਰੀਕ ਤੋਂ ਬਾਅਦ ਜੇਕਰ ਕੋਈ ਨਾਬਾਲਿਗ ਬੱਚਾ 2-ਵੀਲਰ ਜਾਂ 4-ਵੀਲਰ ਚਲਾਉਂਦਾ ਹੈ ਤਾਂ ਉਹਦੇ ਪੇਰੈਂਟਸ ਦੇ ਖਿਲਾਫ ਕਾਰਵਾਈ ਹੋ ਸਕਦੀ ਹੈ, ਜੁਰਮਾਨਾ ਹੋ ਸਕਦਾ ਹੈ। ਇਹਦੇ ਬੜੀ ਕਲੀਅਰ ਜਿਹੜਾ ਹੈਗਾ ਉਹ ਕੀਤਾ ਹੋਇਆ। ਲਗਾਤਾਰ ਪੁਲਿਸ ਲੋਕਾਂ ਨੂੰ ਅਵੇਅਰ ਕਰ ਰਹੀ ਹੈ, ਪੇਰੈਂਟਸ ਨੂੰ ਅਵੇਅਰ ਕਰ ਰਹੀ ਹੈ। ਸਾਡੇ ਨਾਲ ਟ੍ਰੈਫਿਕ ਪੁਲਿਸ ਦੇ ਆਫਿਸਰ ਜੁੜੇ ਨੇ। ਸੁਰਿੰਦਰ ਸਿੰਘ ਜੀ, ਕਿਉਂਕਿ ਇੱਕ ਲੈਟਰ ਵੀ ਕੱਢਿਆ ਗਿਆ ਸੀਨੀਅਰ ਅਫਸਰਾਂ ਵੱਲੋਂ ਔਰ ਤੁਸੀਂ ਵੀ ਲਗਾਤਾਰ ਲੋਕਾਂ ਨੂੰ ਵੀ ਅਵੇਅਰ ਕਰ ਰਹੇ ਹੋ, ਕਿਸ ਤਰ੍ਹਾਂ ਦੀ ਜਿਹੜੀ ਹੈਗੀ ਉਹ ਬਣਾਇਆ ਗਿਆ ਬੱਚਿਆਂ ਨੂੰ ਸਕੂਲਾਂ 'ਚ ਜਾ ਕੇ ਜਾਂ ਪੇਰੈਂਟਸ ਨੂੰ ਸਮਝਾਇਆ ਜਾ ਰਿਹਾ? ਰਾਠੀ ਜੀ, ਪਹਿਲਾਂ ਤਾਂ ਆਪ ਦਾ ਬਹੁਤ ਬਹੁਤ ਧੰਨਵਾਦ ਸਾਡੇ ਕੋਲ ਆਉਣ ਦਾ। ਜਿਹੜੀ ਆਪਣੀ G18 ਅਸੀਂ ਇਹਨਾਂ ਦਾ ਬਹੁਤ ਧੰਨਵਾਦ ਕਰਦੇ ਹਾਂ ਕਿ ਤੁਸੀਂ ਸਾਡਾ ਸਹਿਯੋਗ ਦਿੱਤਾ ਅਤੇ ਆਪਣੀ ਐਸਰ ਲੈਟ 'ਤੇ ਆ ਕੇ। ਇਹ ਸਾਡੇ ਜਿਹੜਾ ਹੈਗਾ ਜੋਨ ਦਾ ਸਭ ਤੋਂ ਮੇਨ ਪੁਆਇੰਟ ਹੈ। ਅਸੀਂ ਇਹਦੇ ਵਿੱਚ ਅੱਜ ਐਤਵਾਰ ਹੋਣ ਕਰਕੇ ਆਮ ਪਬਲਿਕ ਉਹਨੂੰ ਅਸੀਂ ਇਹੀ ਅਵੇਅਰਨੈਸ ਕਰ ਰਹੇ ਹਾਂ ਕਿ ਜੋ ਵੀ ਆਪਣੇ ਨਾਬਾਲਗ ਆਪਣੇ ਬੱਚੇ ਤਾਂ ਹੋ ਗਏ ਜੀ, ਆਪਣੇ ਕਿਸੇ ਸਾਥੀ ਦੇ ਆਪਣੇ ਰਿਸ਼ਤੇਦਾਰ ਦੇ, ਉਹਨਾਂ ਨੂੰ ਵੀ 2-ਵੀਲਰ ਜਾਂ 4-ਵੀਲਰ ਦੇਣ ਤੋਂ ਬਿਲਕੁਲ ਗੁਰੇਜ਼ ਕਰੋ। ਸਾਡੇ ਮਾਨਯੋਗ ADGP ਸਾਹਿਬ ਟ੍ਰੈਫਿਕ ਅਤੇ ਸਾਡੇ ਮਾਨਯੋਗ SSP ਸਾਹਿਬ, SP ਸਾਹਿਬ ਸਾਡੇ ਟ੍ਰੈਫਿਕ, DSP ਸਾਹਿਬ ਟ੍ਰੈਫਿਕ, ਇਹਨਾਂ ਦੇ ਦਿਸ਼ਾ ਨਿਰਦੇਸ਼ਾਂ ਵੱਲੋਂ ਸਖ਼ਤ ਹੁਕਮ ਹੋਏ ਹਾਂ ਜੀ ਕਿ ਅਸੀਂ ਅੱਜ ਤਾਂ ਐਤਵਾਰ ਦਾ ਦਿਨ ਹੈ ਅਤੇ ਕੱਲ੍ਹ ਤੋਂ ਅਸੀਂ 1-1 ਸਕੂਲ ਵੀ ਕਰਾਂਗੇ ਸਰ। ਓਕੇ, ਉੱਥੇ ਸਕੂਲ 'ਚ ਵੀ ਜਾ ਕੇ ਅਸੀਂ ਟੀਚਰ ਸਾਹਿਬਾਨ ਨੂੰ ਵੀ ਅਤੇ ਉਹਨਾਂ ਦੇ ਜੋ ਸਟਾਫ ਹੋਊਗਾ ਅਤੇ ਜਿਹੜੇ ਪੇਰੈਂਟਸ ਆ ਉਹਨਾਂ ਨੂੰ ਵੀ ਇਹੀ ਹਦਾਇਤ ਕਰਾਂਗੇ ਕਿ ਜੇਕਰ ਤੁਸੀਂ 31 ਤਰੀਕ ਤੱਕ ਅਸੀਂ ਤੁਹਾਨੂੰ ਅਵੇਅਰਨੈਸ ਕਰ ਰਹੇ ਹਾਂ, ਜੇਕਰ ਉਹ ਤੋਂ ਬਾਅਦ ਤੁਸੀਂ ਆਪਣੇ ਬੱਚੇ ਨੂੰ ਜਾਂ ਸਾਨੂੰ ਫਿਰ ਆਉਣ ਦੀ ਰੋਡ ਪਾਇਆ ਗਿਆ 31-7 ਤੋਂ ਬਾਅਦ, ਫਿਰ ਅਸੀਂ ਉਹਦੇ ਬਣਦੀ ਕਾਨੂੰਨੀ ਕਾਰਵਾਈ ਕਰਾਂਗੇ। ਕਿਉਂਕਿ ਦੇਖਿਆ ਗਿਆ ਸੁਰਿੰਦਰ ਜੀ, ਸਕੂਲਾਂ 'ਚ ਹੁਣ ਬੱਚੇ 2-ਵੀਲਰ ਲੈ ਕੇ ਆਉਂਦੇ, 4-ਵੀਲਰ ਲੈ ਕੇ ਆਉਂਦੇ ਆ, ਹੁੜਦੰਗ ਮਚਾਉਂਦੇ ਔਰ ਇਹੀ ਕਾਰਨ ਹੁੰਦਾ ਐਕਸੀਡੈਂਟ ਦਾ ਔਰ ਕਈ ਮੌਤਾਂ ਵੀ ਸਾਹਮਣੇ ਆਈ ਅਨਫੋਰਚੁਨੇਟ। ਉਹਦੇ ਵਾਸਤੇ ਸਕੂਲ ਜਿਹੜੇ ਮੈਨੇਜਮੈਂਟ ਹੈ ਜਾਂ ਪੇਰੈਂਟਸ ਦੇ ਨਾਲ ਵੀ ਤੁਹਾਡੀ ਮੀਟਿੰਗ ਕੀਤੀ ਜਾ ਰਹੀ ਹੈ ਤੁਹਾਡੇ ਟ੍ਰੈਫਿਕ ਵਿੰਗ ਵੱਲੋਂ? ਅਸੀਂ ਸਾਡਾ ਜਿਹੜਾ ਐਜੂਕੇਸ਼ਨ ਸੈੱਲ ਹੈ ਉਹ ਰੋਜ਼ਾਨਾ 2-2, 3-3 ਸਕੂਲ ਕਰਦਾ, ਉਹਨਾਂ ਦੇ ਨਾਲ ਅਸੀਂ ਵੀ ਜਾਂਦੇ ਹਾਂ। ਅਸੀਂ ਸਰ ਇਹੀ ਗੱਲ ਕਰਦੇ ਹਾਂ ਜਾ ਕੇ, ਸਭ ਤੋਂ ਪਹਿਲਾਂ ਹੁਣ ਸਾਡਾ ਮੇਨ ਮਕਸਦ ਇਹੀ ਆ ਕਿ ਤੁਸੀਂ ਆਪਣੇ ਨਾਬਾਲਗ ਬੱਚੇ ਨੂੰ 2-ਵੀਲਰ 4-ਵੀਲਰ ਕੁਛ ਨਾ ਦਿਓ ਹੈ, ਕਿਉਂਕਿ ਉਹਦਾ ਤਾਂ ਯੰਗ ਬਲੱਡ ਹੈ ਸਰ, ਯੰਗ ਬਲੱਡ ਹੈ ਉਹ, ਜਿਹੜਾ ਹੋਰ ਵੀ ਆਪਣਾ ਤਾਂ ਨੁਕਸਾਨ ਕਰਾਏ ਕਰਾਏਗਾ, ਉਹ ਦੂਜੇ ਦਾ ਵੀ ਨੁਕਸਾਨ ਕਰਾਏਗਾ ਸਰ, ਕਿਉਂਕਿ ਉਹਨੂੰ ਪਤਾ ਹੀ ਨਹੀਂ ਹੈਗਾ, ਬੁੱਲੜਬਾਜ਼ੀ 'ਚ ਚਲਾਊਗਾ ਉਹ। ਦੇਖਿਆ ਜੀ ਤਕਰੀਬਨ ਆਮ, ਪਰ ਚਲੋ ਫਿਰ ਵੀ ਅੱਗੇ ਤੋਂ ਮੋਹਾਲੀ ਦੇ ਵਿੱਚ ਕਾਫੀ ਸਖਤਾਈ ਹੈ ਅਤੇ ਅਸੀਂ ਹੁਣ 31-7 ਤੋਂ ਬਾਅਦ ਸਰ ਹੋਰ ਵੀ ਸਖਤਾਈ ਕਰਾਂਗੇ ਇਸ ਸੰਬੰਧੀ। ਸਰ, ਕਿਉਂਕਿ ਚੰਡੀਗੜ੍ਹ 'ਚ ਚਲਾਨ ਹੋ ਰਹੇ ਹੈ, ਕੈਮਰੇਜ਼ ਲੱਗੇ ਹੋਏ ਨੇ, ਹਾਲਾਂਕਿ ਮੋਹਾਲੀ 'ਚ ਵੀ ਸ਼ੁਰੂਆਤ ਹੋ ਰਹੀ ਹੈ, ਲੇਕਿਨ ਡਰ ਕਿਉਂ ਖਤਮ ਹੋ ਜਾਂਦਾ ਮੋਹਾਲੀ ਆ ਕੇ, ਪੰਜਾਬ 'ਚ ਆ ਕੇ ਡਰ ਕਿਉਂ ਖਤਮ ਹੋ ਜਾਂਦਾ, ਇਹ ਕਾਰਨ ਕੀ ਹੈ? ਨਹੀਂ ਸਰ, ਹੁਣ ਡਰ ਵੱਧ ਗਿਆ ਵੈਸੇ ਲੋਕਾਂ ਦਾ, ਜਦੋਂ ਸਾਡੇ ਕੋਲ ਵੀ ਪੰਜਾਬ ਗੌਰਮੈਂਟ ਨੇ ਈ ਚਲਾਨ ਮਸ਼ੀਨ ਦਿੱਤੀ ਹੈ, ਅਸੀਂ ਵੀ ਉਹਦੇ ਵਿੱਚ ਈ ਚਲਾਨ ਮਸ਼ੀਨ 'ਚ ਵੀ ਅਸੀਂ ਫੋਟੋ ਖਿੱਚਦੇ ਹਾਂ ਅਤੇ ਈ ਚਲਾਨ ਮਸ਼ੀਨ 'ਚ ਫੋਟੋ ਖਿੱਚ ਕੇ ਅਤੇ ਨਾਲ ਦੀ ਨਾਲ ਅਸੀਂ ਚਲਾਨ ਪਾ ਦਿੰਦੇ ਹਾਂ।
ਕੋਈ ਹੋਣਾ, ਹੁਣ ਇੱਥੇ ਵੀ ਹੋ ਗਿਆ, ਪੰਜਾਬ ਚ ਵੀ ਡਰ ਹੋ ਗਿਆ ਕਿਉਂਕਿ ਤੁਹਾਡੀ ਵੀ ਲੱਗੇ ਸਰ, ਕੈਮਰੇ ਵੀ ਲੱਗੇ। ਹਾਂਜੀ ਹਾਂਜੀ ਸਰ, ਤੇ ਸਰ ਇਹ ਜਿਹੜਾ ਲਾਈਟ ਪੁਆਇੰਟ ਹੈ ਬੜਾ ਸੈਂਸਿਟਿਵ ਹੈ ਕਿਉਂਕਿ ਮੋਹਾਲੀ ਜ਼ਿਲ੍ਹੇ ਚ ਟ੍ਰਾਈ ਸਿਟੀ ਦਾ ਪਾਰਟ ਹੁੰਦਾ, ਉਹ ਜਿਹੜੇ ਪਿੰਡਾਂ ਦੇ ਮੁੰਡੇ ਨੇ ਜਾਂ ਫਿਰ ਸਕੂਲਾਂ ਦੇ ਜਿਹੜੇ ਸਟੂਡੈਂਟਸ ਨੇ ਉਹ ਕਿਤੇ ਨਾ ਕਿਤੇ ਓਵਰ ਸਪੀਡ ਕਰਦੇ ਆ, ਘਰੋਂ ਗੱਡੀਆਂ ਲੈ ਜਾਂਦੇ ਆ, ਉਹਨਾਂ ਨੂੰ ਲੈ ਕੇ ਹੋਰ ਸਖਤੀ ਜਿਹੜੀ ਹੈਗੀ ਹੈ ਉਹ ਉਹਨਾਂ ਦੀ ਜੀ ਇਹੀ 31-7 ਤੋਂ ਬਾਅਦ ਫਿਰ ਆਪਾਂ ਹੋਰ ਸਖਤਾਈ ਕਰਾਂਗੇ। ਇੱਕ ਵਾਰੀ ਅਸੀਂ ਅਵੇਅਰਨੈਸ ਜ਼ਰੂਰ ਕਰ ਦਈਏ ਸਾਰੇ ਸਕੂਲਾਂ 'ਚ ਜਾ ਕੇ, ਤਾਂ ਕਿ ਤੁਹਾਡੇ ਰਾਹੀਂ ਸਾਡੇ ਰਾਹੀਂ ਬਿਲਕੁਲ, ਤੇ ਕਿਉਂਕਿ ਮੀਡੀਆ ਦਾ ਆਪਣੇ ਬਹੁਤ ਵੱਡਾ ਯੋਗਦਾਨ ਹੈ ਜੀ ਇਸ ਚੀਜ਼ 'ਚ, ਲੋਕਾਂ ਦੇ ਤੱਕ ਇਹ ਗੱਲ ਪਹੁੰਚਾਉਣੀ ਕਿ ਵੀ ਪੇਰੈਂਟਸ ਨੂੰ ਵੀ 3 ਸਾਲ ਦੀ ਸਜ਼ਾ ਹੋਊਗੀ, ਜੁਰਮਾਨਾ ਵੀ 25,000 ਹੈ। ਜੇਕਰ ਇੱਕ ਦੋਸਤ ਹੈ, ਫਰਜ਼ ਕਰੋ ਤੁਹਾਡੇ ਕੋਲ ਕੋਈ ਬੱਚਾ ਕਿਸੇ ਦੋਸਤ ਦਾ ਮੰਗਣ ਆ ਜਾਂਦਾ, ਵੀ ਰਾਠੀ ਜੀ ਵੀ ਇੱਦਾਂ ਕਰਕੇ ਵੀ ਦਿਓ ਐਕਟਿਵਾ, ਬਿਲਕੁਲ ਜਾਂ ਦੇ ਦਿਓ ਰਾਠੀ ਜੀ ਵੀ ਮੇਰਾ ਬੇਟਾ ਆ ਰਿਹਾ ਤੁਸੀਂ ਸਰ, ਇਸ ਚੀਜ਼ ਤੋਂ ਆਪਾਂ ਨੂੰ ਬੜਾ ਉਹ ਕਰਨਾ ਪਊਗਾ। ਅਤੇ ਇਹ ਬਹੁਤ ਜ਼ਰੂਰੀ ਹੈ ਜਿੱਦਾਂ ਸਰ ਨੇ ਵੀ ਕਿਹਾ ਕਿ 31 ਤਰੀਕ ਤੋਂ ਬਾਅਦ ਹੁਣ ਸਖਤੀ ਜਿਹੜੀ ਆ ਉਹ ਦੇਖਣ ਨੂੰ ਮਿਲੇਗੀ, ਕਿਉਂਕਿ ਇਹ ਪੂਰਾ ਮਹੀਨਾ ਅਵੇਅਰਨੈਸ ਕੈਂਪ ਜਿਹੜਾ ਲਾਇਆ ਜਾ ਰਿਹਾ। ਇਸ ਤੋਂ ਇਲਾਵਾ ਹੋਰ ਕਿਸ ਤਰ੍ਹਾਂ ਦਾ ਟ੍ਰੈਫਿਕ ਵਿੰਗ ਵੱਲੋਂ ਜਿਹੜਾ ਕੰਮ ਕੀਤਾ ਜਾ ਰਿਹਾ, ਕਿਉਂਕਿ ਸਰ ਇਹ ਬਹੁਤ ਅਹਿਮ ਚੀਜ਼ ਹੈ ਕਿ ਨਾਬਾਲਿਗ ਬੱਚੇ ਜਿਹੜੇ ਆ ਗੱਡੀਆਂ ਭਜਾਉਂਦੇ ਆ ਰੋਡਸ ਤੇ ਪਿੰਡਾਂ ਦੇ ਵਿੱਚ ਗਲੀਆਂ ਦੇ ਵਿੱਚ, ਜਿਹਦੇ ਕਰਕੇ ਹਾਦਸੇ ਹੁੰਦੇ। ਇਹ ਸਰ ਜਿਸ ਤਰ੍ਹਾਂ ਇਹਨਾਂ ਦੀ ਆਪਣਾ ਸਕੂਲਾਂ ਦੀ ਬੱਸਾਂ ਵੀ ਜਾਂਦੀਆਂ ਸਾਡੇ ਕੋਲ, ਜਿਵੇਂ ਆਮ ਅਸੀਂ ਬੱਸਾਂ ਦੇ ਡਰਾਈਵਰ ਤੇ ਉਹਨਾਂ ਬੱਸਾਂ ਦੇ ਵਿੱਚ ਵੀ ਬੱਚਿਆਂ ਨੂੰ ਥੋੜਾ ਅਵੇਅਰਨੈਸ ਕਰਾਂਗੇ। ਓਕੇ, ਸਕੂਲੀ ਬੱਸਾਂ ਜਿਹੜੀ ਜਾਂਦੀਆਂ ਵੀ ਉਹ ਵੀ ਜ਼ਰੂਰੀ ਹੈ ਕਿ ਸਾਡੇ ਕੋਲ ਜਿਵੇਂ ਕਈ ਸਕੂਲਾਂ ਦੀਆਂ ਬੱਸਾਂ ਲੰਘਦੀਆਂ ਐਸਰ ਲਾਈਟ ਕੋਲ, ਅਸੀਂ ਉਹਨੂੰ ਬੱਸਾਂ ਦੇ ਵਿੱਚ ਵੀ ਰੋਕ ਰੋਕ ਕੇ ਉਹਨਾਂ ਨੂੰ ਬੱਚਿਆਂ ਨੂੰ ਇਹੀ ਕਹਾਂਗੇ ਵੀ ਭਾਈ ਹੁਣ ਇਸ ਚੀਜ਼ ਤੋਂ ਬਹੁਤ ਗੁਰੇਜ਼ ਕਰੋ, ਕਿਉਂਕਿ ਸਖਤ ਕਾਰਵਾਈ ਹੋਗੀ ਤੁਹਾਡੇ ਐਕਟਿਵਾ ਜਾਂ ਤੁਹਾਡੇ ਆਪਣਾ ਕਾਰ ਚਲਾਉਣ ਨਾਲ, ਤੁਹਾਡਾ ਜਿਹੜਾ ਮਾਂ ਬਾਪ ਹੈ ਉਹ ਵੀ ਜੇਲ੍ਹ 'ਚ ਜਾ ਸਕਦਾ ਹੈ।